ਯੂਨਾਈਟਿਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਜਾਣ ਦਾ ਰੁਝਾਨ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਵਧਦਾ ਜਾ ਰਿਹਾ ਹੈ ਸੋ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਕੈਨੇਡਾ ਜਾਣ ਦੇ ਨਾਂ ਦੇ ਉੱਤੇ 20 ਤੋਂ 25 ਲੱਖ ਰੁਪਈਆ ਵੀ ਖਰਚਣ ਨੂੰ ਤਿਆਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਕਈ ਵਾਰ ਗਲਤ ਤਰੀਕੇ ਦੇ ਨਾਲ ਕੈਨੇਡਾ ਜਾਂਦੇ ਹੋਏ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਉਸ ਦਾ ਵੱਡਾ ਖਾਮਿਆਜਾ ਵੀ ਭੁਗਤਣਾ ਪੈਂਦਾ ਹੈ ਸੋ ਇਸੇ ਤਰ੍ਹਾਂ ਦੀ ਹੀ ਖਬਰ ਹੁਣ ਦਿੱਲੀ 에ਰਪੋਰਟ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਜਾ ਰਹੇ ਪੰਜਾਬੀ ਪਤੀ ਪਤਨੀ ਨੂੰ ਦਿੱਲੀ 에어ਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਦਰਅਸਲ ਇਹ ਮਾਮਲਾ ਜਲੰਧਰ ਦੇ ਆਦਮਪੁਰ ਜ਼ਿਲ੍ਹਾ ਦੇ ਨਾਲ ਸੰਬੰਧਿਤ ਹੈ ਜਿੱਥੋਂ ਦੇ ਕਿ ਪਤੀ ਪਤਨੀ ਦੋਨੋਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਸਨ ਤੇ ਉਹਨਾਂ ਦੇ ਵੱਲੋਂ ਜਲੰਧਰ ਦੇ ਇੱਕ ਉਕਤ ਏਜੰਟ ਦੇ ਨਾਲ ਸੰਪਰਕ ਕੀਤਾ ਗਿਆ ਜਲੰਧਰ ਦੇ ਏਜੰਟ ਦੁਆਰਾ ਉਹਨਾਂ ਨੂੰ ਬਾਰਕਪਾਰਮੈਂਟ ਦੇ ਉੱਤੇ ਭੇਜਣ ਦੇ ਨਾਂ ਦੇ ਉੱਤੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਇਹ ਸੌਦਾ ਤੈਅ ਵੀ ਹੋ ਗਿਆ ਤੇ ਦੋਨਾਂ ਪਤੀ ਪਤਨੀ ਦੇ ਵੱਲੋਂ ਏਜੰਟ ਨੂੰ 25 ਲੱਖ ਰੁਪਏ ਦੇ ਵੀ ਦਿੱਤੇ ਗਏ ਜਿਸ ਤੋਂ ਬਾਅਦ ਤਕਰੀਬਨ 3 ਤੋਂ 4 ਮਹੀਨੇ ਬਾਅਦ ਏਜੰਟ ਦੁਆਰਾ ਪਾ ਦੋਨੋਂ ਪਤੀ ਪਤਨੀ ਦਾ ਜਿਹੜਾ ਵੀਜ਼ਾ ਵੀ ਕੈਨੇਡਾ ਦਾ ਲਗਵਾ ਦਿੱਤਾ ਗਿਆ ਤੇ ਵਰਕ ਵੀਜ਼ਾ ਦੇ ਉੱਤੇ ਜਾਣ ਦੇ ਲਈ ਜਦੋਂ ਦੋਨੋਂ ਪਤੀ ਪਤਨੀ ਕੈਨੇਡਾ ਜਾਣ ਦੇ ਲਈ ਜਿਹੜੇ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚਦੇ ਹਨ ਤੇ ਦਿੱਲੀ 에ਅਰਪੋਰਟ ਦੇ ਉੱਤੇ ਇਮੀਗ੍ਰੇਸ਼ਨ ਦੁਹਕਾਰੀਆਂ ਦੇ ਵੱਲੋਂ ਜਦੋਂ ਐਂਟਰੀ ਦੇ ਦੌਰਾਨ ਉਹਨਾਂ ਦੀ ਟਿਕਟ ਚੈੱਕ ਕੀਤੀ ਜਾਂਦੀ ਹੈ ਤੇ ਟਿਕਟ ਜਿਹੜੀ ਉਹ ਫੇਕ ਨਿਕਲਦੀ ਹੈ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਦੁਹਕਾਰੀਆਂ ਦੇ ਵੱਲੋਂ ਹੋਰ ਪੇਪਰਾਂ ਦੀ ਚੈਕਿੰਗ ਕੀਤੀ ਗਈ ਤੇ ਪਤਾ ਲੱਗਾ ਕਿ ਦੋਨੋਂ ਪਤੀ ਪਤਨੀ ਦੇ ਜਿਹੜੇ ਵਰਕ ਵੀਜ਼ੇ ਹਨ ਉਹ ਵੀ ਝਾਲੀ ਪਾਏ ਜਾਂਦੇ ਹਨ ਜਿਸ ਤੋਂ ਬਾਅਦ ਦੋਨੋਂ ਪੰਜਾਬੀ ਪਤੀ ਪਤਨੀ ਨੂੰ ਦਿੱਲੀ 에ਅਰਪੋਰਟ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਹੋਰ ਪੁੱਛਗਿੱਛ ਲਈ ਜਿਹੜਾ ਆ ਉਹਨਾਂ ਨੂੰ ਹੋਰ ਕਮਰੇ ਦੇ ਵਿੱਚ ਲਈ ਆਇਆ ਜਾਂਦਾ ਹੈ ਜਿਸ ਤੋਂ ਬਾਅਦ ਦੋਨੋਂ ਪੰਜਾਬੀ ਪਤੀ ਪਤਨੀ ਜੋੜੇ ਦੇ ਵੱਲੋਂ ਸਾਰੀ ਗੱਲ ਉਹਨਾਂ ਨੂੰ ਦੱਸੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਹੁਣ ਦਿੱਲੀ 에어ਪੋਰਟ ਦੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਤੇ ਦੇ ਦਿੱਤੀ ਗਈ ਹੈ ਤੇ 에ਜੰਟ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ 에ਜੰਟ ਹੁਣ ਇਸ ਸਮੇਂ ਫਰਾਰ ਦੱਸਿਆ ਜਾ ਰਿਹਾ ਹੈ